ਔਰਤਾਂ ਨਾਲ ਹੁੰਦੀ ਘਰੇਲੂ ਹਿੰਸਾ ਦਾ ਮੁੱਖ ਕਾਰਨ ਦਾਜ, ਲਾਲਚ ਜਾਂ ਪਰਿਵਾਰ ਵਿੱਚ ਪੁਰਸ਼ ਪ੍ਰਧਾਨਤਾ ਹੋ ਸਕਦੀ ਹੈ। ਡੰਡੀ ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਹੈ ਕਿ ਘਰ ਦੀ ਵਡੇਰੀ ਔਰਤ ਲਾਲਚ ਜਾਂ ਹੰਕਾਰ ਵਸ ਪਰਿਵਾਰ ਵਿੱਚ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਹੈ, ਜਿਸ ਕਾਰਨ ਉਹ ਆਪ ਘਰੇਲੂ ਹਿੰਸਾ ਕਰਦੀ ਹੈ ਜਾਂ ਪਰਿਵਾਰ ਦੇ ਮਰਦਾਂ ਦੇ ਕੰਨ ਭਰ ਕੇ ਇਸ ਹਿੰਸਾ ਦਾ ਪਸਾਰਾ ਕਰਦੀ ਕਰ ਦਿੰਦੀ ਹੈ। ਡੰਡੀ